ਬੱਚਿਆਂ ਦੀ ਸਾਲ ਦੀ ਕੀਤੀ ਮਿਹਨਤ ਦਾ ਸਾਲਾਨਾ ਪੇਪਰ ਆਖਰੀ ਉਮੀਦ ਹੁੰਦੇ ਨੇ, ਪਰ ਜੇਕਰ ਕਿਸੇ ਕਾਰਨ ਪੇਪਰ ਨਹੀਂ ਦਿੱਤਾ ਜਾ ਸਕੇ ਤਾਂ ਬੱਚੇ ਦੀ ਸਾਲ ਦੀ ਕੀਤੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ। ਅਜਿਹਾ ਹੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਹੈ, ਜਿੱਥੇ ਕਿ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਹ ਪ੍ਰੀਖਿਆ ਸੈਂਟਰ ਵਿੱਚ ਲੇਟ ਪਹੁੰਚਿਆ, ਪਰ ਬੱਚੇ ਵੱਲੋਂ ਕਾਰਨ ਦੱਸੇ ਜਾਣ ਦੇ ਬਾਵਜੂਦ ਵੀ ਬੱਚੇ ਨੂੰ ਅੰਗਰੇਜ਼ੀ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ। ਇਸ ਮੌਕੇ ਬੱਚੇ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਬੱਚੇ ਦਾ ਅੱਜ ਅੰਗਰੇਜ਼ੀ ਦਾ ਸਾਲਾਨਾ ਪੇਪਰ ਸੀ। ਉਹਨਾਂ ਦੇ ਬੱਚੇ ਦਾ ਸਕੂਲ ਆਉਂਦੇ ਸਮੇਂ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਸਦੇ ਪੈਰ ਦੀ ਹੱਡੀ ਟੁੱਟ ਗਈ ਸੀ, ਜਿਸ ਕਾਰਨ ਬੱਚੇ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਇਸੇ ਦੌਰਾਨ ਬੱਚਾ ਪੇਪਰ ਵਿੱਚ 27 ਮਿੰਟ ਲੇਟ ਪਹੁੰਚਿਆ, ਪਰ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ। ਕੀ ਨਾਮ ਹੈ? ਹਾਂਜੀ, ਮੇਰਾ ਨਾਮ ਸ਼ਹਿਨਾਜ ਸਿੰਘ ਹੈ ਜੀ। ਸ਼ਹਿਨਾਜ, ਕੀ ਘਟਨਾ ਹੋਈ ਹੈ ਤੇਰੇ ਨਾਲ, ਕਿਸ ਤਰ੍ਹਾਂ ਹੋਈ? ਅੱਜ ਮੈਂ ਰਸਤੇ 'ਚ ਬੋਰਡ ਦਾ ਪੇਪਰ 10th ਦਾ ਦੇਣ ਆ ਰਿਹਾ ਸੀ ਜੀ, ਅਤੇ ਰਾਹ ਦੇ ਵਿੱਚ ਕਾਲ ਅਕੈਡਮੀ ਸਕੂਲ ਦੇ ਵੈਨਾਂ ਨੂੰ ਕ੍ਰੋਸ ਕਰਦੇ ਹੋਏ, ਵੈਨ ਵੀ 'ਤੇ ਸੀ ਅਤੇ ਉਹ ਬੱਸ ਦੇ ਵਿੱਚ ਟਕਰਾ ਗਿਆ ਮੋਟਰਸਾਈਕਲ। ਕਿੱਥੇ ਹੋਇਆ? ਮੈਂ ਬੱਦਰ ਅਤੇ ਝੀਨੜ ਦੇ ਵਿਚਾਲੇ ਹੋਇਆ ਜੀ। ਤੁਸੀਂ ਕਿੱਥੋਂ ਦੇ? ਅਸੀਂ ਬਾਂਬਾ ਪਿੰਡ ਦੇ ਰਹਿਣ ਵਾਲੇ ਜੀ। ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ? ਮੈਂ ਨੈਸ਼ਨਲ ਪਬਲਿਕ ਸਕੂਲ 'ਚ ਪੜ੍ਹਦੇ ਜੀ, ਐਤਕੀ ਕਾਲ ਅਕੈਡਮੀ ਸੈਂਟਰ, ਇੱਥੇ ਮੇਰੇ ਬੋਰਡ ਦੇ ਪੇਪਰ ਜੀ। ਕਿੰਨਵਾਂ ਪੇਪਰ ਸੀ ਤੁਹਾਡਾ? ਅੱਜ ਮੇਰਾ 62nd ਪੇਪਰ ਸੀਗਾ ਜੀ, ਦੂਜਾ। ਹਾਂਜੀ, ਇੰਗਲਿਸ਼ ਦਾ ਪੇਪਰ ਸੀ ਜੀ। ਕਿੰਨਵੀਂ ਕਲਾਸ? 10th ਕਲਾਸ ਹੈ ਜੀ ਬੋਰਡ ਦੀ। CBSE? ਹਾਂਜੀ ਹਾਂਜੀ, CBSE ਬੋਰਡ। ਅੱਛਾ, ਪੇਪਰ 'ਚ ਤੁਹਾਨੂੰ ਕਿਉਂ ਨਹੀਂ ਬੈਠਣ ਦਿੱਤਾ? ਜਿਹੜਾ ਪੇਪਰ 'ਚ ਇਹਨਾਂ ਨੇ ਆ ਨਹੀਂ ਬੈਠ ਦਿੱਤਾ, ਕਹਿੰਦੇ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸਾਰੇ ਬਹੁਤ ਜ਼ਿਆਦਾ ਘਬਰਾ ਗਏ ਸੀ, ਮੈਨੂੰ ਵੀ ਕੁਛ ਪਤਾ ਨਹੀਂ ਲੱਗ ਰਿਹਾ ਕੀ ਹੋਈ ਜਾਂਦਾ। ਆਹ ਕਹਿੰਦੇ ਹੋਸਪਿਟਲ ਨਹੀਂ ਜਾਣਾ ਸੀਗਾ, ਕਹਿੰਦਾ ਸਿੱਧਾ ਸਾਡੇ ਕੋਲ ਆਉਣਾ ਸੀਗਾ, ਅਤੇ ਘਰਦੇ ਕਹਿੰਦੇ ਜੇ ਮੰਨ ਲਓ ਕਿ ਬੱਚੇ ਨੂੰ ਕੁਛ ਹੋ ਜਾਂਦਾ ਤਾਂ ਫਿਰ ਉਹ ਤਾਂ ਜ਼ਿੰਮੇਵਾਰ ਕੌਣ ਸੀ? ਇਹਨਾਂ ਨੇ ਕੋਈ ਗੱਲ ਨਹੀਂ ਸੁਣੀ, ਸਾਨੂੰ ਸਕੂਲ 'ਚੋਂ ਬਾਹਰ ਕੱਢ ਦਿੱਤਾ ਗਿਆ। ਪ੍ਰਿੰਸੀਪਲ ਮਿਲੇ ਤੁਹਾਨੂੰ ਸਕੂਲ ਦੇ? ਨਾ ਪ੍ਰਿੰਸੀਪਲ ਮਿਲੇ, ਨਾ ਪ੍ਰਿੰਸੀਪਲ ਮੈਮ, ਬਿਲਕੁਲ ਮੇਰੇ ਮੰਮਾ ਨੇ ਵੀ ਕਿਹਾ ਕਿ ਪ੍ਰਿੰਸੀਪਲ ਮੈਮ ਨੂੰ ਮਿਲਣਾ, ਉਹਨਾਂ ਨੇ ਮਿਲਾਇਆ ਨਹੀਂ, ਉਹਨਾਂ ਨੇ ਸਾਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਸਾਰਾ ਸਕੂਲ ਲੌਕ ਕਰਤਾ, ਹੁਣ ਵੀ ਚੈੱਕ ਕਰ ਸਕਦੇ, ਸਾਰਾ ਸਕੂਲ ਲੌਕ ਆ। ਬਿਠਾਇਆ ਸੀ ਤੁਹਾਨੂੰ? ਹਾਂਜੀ, ਪਹਿਲਾਂ ਮੈਨੂੰ ਪੇਪਰ ਦੇ ਚਬਾਇਆ ਗਿਆ, ਅਤੇ ਬਾਅਦ 'ਚ ਇਹਨਾਂ ਨੇ ਫਿਰ ਵਾਪਸ ਭੇਜਤਾ, ਕਹਿੰਦੇ ਨਹੀਂ ਹੋਇਆ, ਤੂੰ CBSE ਦਾ ਫੋਨ ਆਇਆ, ਕਹਿੰਦੇ ਪੇਪਰ ਨਹੀਂ ਹੋ ਸਕਦਾ ਤੁਹਾਨੂੰ। ਰੀਜ਼ਨ ਆਹੀ ਆ ਕਿ ਕਹਿੰਦੇ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਸਾਡੇ ਕੋਲ ਆਉਣਾ ਸੀਗਾ, ਹੁਣ ਇਹਨਾਂ ਕੋਲ ਇੰਨਾ ਟ੍ਰੀਟਮੈਂਟ ਤਾਂ ਹੈ ਨਹੀਂ ਕਿ ਹੋਸਪਿਟਲ 'ਤੇ, ਇੱਥੇ ਨਹੀਂ ਕਿ ਨਾਲ ਦੀ ਨਾਲ ਇੱਥੇ ਆਏ, ਤਾਂ ਇਸ ਕਰਕੇ ਵਧੀਆ ਡਾਕਟਰ ਕੋਲ ਗਈ ਸੀ। ਕਿੰਨੇ ਵਜੇ ਤੁਹਾਡਾ ਪੇਪਰ ਸਟਾਰਟ ਸੀਗਾ? ਮੇਰਾ ਪੇਪਰ 10 ਵਜੇ ਸਟਾਰਟ ਹੁੰਦਾ ਜੀ, ਪਰ ਸਹੀ ਮੰਨ ਲਓ ਕਿ ਜਦੋਂ ਆਂਸਰ ਬੱਚਾ ਲਿਖਦਾ ਉਹ 10:30 ਵਜੇ ਹੁੰਦਾ ਜੀ। ਮੈਂ 10:27 'ਤੇ ਵਿੱਚ ਚਲਾ ਗਈ, ਅਤੇ ਬੈਲ ਬਿਲਕੁਲ ਮੇਰੇ ਜਾਣ ਤੋਂ 3-4 ਮਿੰਟ ਬਾਅਦ ਹੀ ਹੋਈ ਹੈ ਜੀ। ਤੁਹਾਨੂੰ ਪੇਪਰ ਦਿੱਤਾ ਫੜਾਇਆ ਸੀ ਕੁਛ? ਪੇਪਰ ਨਹੀਂ, ਇਹਨਾਂ ਨੇ ਕੁਛ ਨਹੀਂ ਮੈਨੂੰ, ਬਸ ਇੰਨਾ ਕਹੀ ਆ ਗਏ ਸੀ ਕੁਸ਼ਚਨ ਪੇਪਰ ਦਿੰਦੇ ਹਾਂ। ਮੈਡਮ ਨੇ ਮੇਰੇ ਸਾਨੂੰ ਸ਼ੀਟ ਵੀ ਅੰਦਰ ਭਰਤੀ ਸੀ, ਮੈਂ ਉੱਥੇ ਬਾਹਰ ਬੈਠੀ, ਅੰਦਰ ਸਹੀ ਨਹੀਂ ਬੈਠ ਪਾ ਰਹੀ, ਸਿਟਿੰਗ ਪਲੈਨ ਕੁਰਸੀ ਉੱਥੇ ਛੋਟੀ ਸੀ, ਅਤੇ ਮੇਰੀ ਪੈਰ ਫ੍ਰੈਕਸ਼ਨ ਆ ਤਾਂ ਕਰਕੇ, ਅਤੇ ਬਾਅਦ 'ਚ ਇਹਨਾਂ ਨੇ ਵਾਪਸ ਭੇਜ ਦਿੱਤਾ ਗਿਆ, ਕਹਿੰਦੇ ਪੇਪਰ ਨਹੀਂ ਦੇਣਾ। ਕੋਈ ਰੀਜ਼ਨ ਦੱਸੋ ਤੁਸੀਂ ਕਿਉਂ ਨਹੀਂ ਦਿੱਤਾ? ਰੀਜ਼ਨ ਆਹੀ ਕਿ ਕਹਿੰਦੇ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸਿੱਧਾ ਸਾਡੇ ਕੋਲ ਹੀ ਆਉਣਾ ਸੀਗਾ, ਉੱਥੇ ਨਹੀਂ ਆਉਣਾ ਸੀ। ਹੁਣ ਨਾ ਸਾਡੇ ਨਾਲ ਕੋਈ ਟੀਚਰ ਗੱਲ ਕਰਦਾ ਪਿਆ, ਨਾ ਪ੍ਰਿੰਸੀਪਲ ਮੈਮ, ਨਾ ਪ੍ਰਿੰਸੀਪਲ ਸਰ, ਸਕੂਲ ਲੌਕ ਹੈ। ਆਪਣੇ ਸਕੂਲ ਦੇ ਕਿਸੇ ਟੀਚਰ ਜਾਂ ਪ੍ਰਿੰਸੀਪਲ ਨਾਲ ਕੋਈ ਕੰਟੈਕਟ ਕੀਤਾ? ਕਿ ਵੀ ਤੁਹਾਡਾ ਪ੍ਰਿੰਸੀਪਲ ਸਰ ਨਾਲ ਕੀਤਾ ਸੀ, ਪ੍ਰਿੰਸੀਪਲ ਸਰ ਨੇ ਇਹਨਾਂ ਨੂੰ ਕਿਹਾ, ਪਰ ਕਿਸੇ ਦੀ ਕੋਈ ਗੱਲ ਨਹੀਂ ਇੱਥੇ ਸੁਣੀ ਜਾ ਰਹੀ, ਆ ਕਹਿੰਦੇ ਬਸ ਨਹੀਂ ਪੇਪਰ ਦੇਣਾ, CBSE ਦਾ ਰੂਲ ਆ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬੱਚੇ ਨੂੰ ਐਕਸੀਡੈਂਟ ਤੋਂ ਬਾਅਦ ਪਹਿਲਾਂ ਸਕੂਲ 'ਚ ਲੈ ਕੇ ਆਉਣਾ ਸੀ। ਮੇਰਾ ਨਾਮ ਗੁਰਤੇਜ ਸਿੰਘ ਹੈ ਜੀ। ਕੀ ਘਟਨਾ ਹੋਈ ਤੁਹਾਡੇ ਬੇਟੇ ਨਾਲ? ਸਵੇਰ ਬੱਚਾ ਮੇਰਾ ਪੇਪਰ ਦੇਣ ਆ ਰਿਹਾ ਸੀਗਾ ਜੀ, ਜਦੋਂ ਆ ਰਿਹਾ ਸੀ ਰਸਤੇ ਦੇ ਵਿੱਚ ਇਹਦਾ ਐਕਸੀਡੈਂਟ ਹੋ ਗਿਆ ਬੱਚੇ ਦਾ, ਸਾਨੂੰ ਘਰ ਫੋਨ ਗਿਆ ਵੀ ਤੁਹਾਡੇ ਬੱਚੇ ਦੇ 7:00 ਵੱਜ ਗਈ ਆ, ਬੱਚਾ ਸਾਡਾ ਪਿਆ ਸੀ, ਅਸੀਂ ਆਏ, ਐਂਬੂਲੈਂਸ ਗੱਡੀ ਸੀ, ਅਸੀਂ ਖਚਾ ਲਾਭ ਦੀ ਗੱਡੀ 'ਤੇ ਲੈ ਕੇ ਡਾਕਟਰ ਵਧਵਾ ਸਾਹਿਬ ਦੇ ਕੋਲ ਚਲੇ ਗਏ ਜੀ। ਉਸ ਤੋਂ ਬਾਅਦ ਡਾਕਟਰ ਦੀਆਂ ਸਾਰੀਆਂ ਰਿਪੋਰਟਾਂ ਜੀ ਸਾਡੇ ਕੋਲ, ਸਾਰੀਆਂ ਰਿਪੋਰਟਾਂ ਜੀ ਸਾਡੇ ਬੱਚੇ ਦੀਆਂ ਜਿਹੜੀਆਂ ਅੱਜ ਦੀਆਂ ਹੋਈਆਂ। ਉਸ ਤੋਂ ਬਾਅਦ ਜੀ ਅਸੀਂ
10:27 'ਤੇ ਕਾਲਜ ਕਾਲ ਅਕੈਡਮੀ ਦੇ ਅੰਦਰ ਆ ਗਏ ਜੀ। ਕਾਲ ਅਕੈਡਮੀ 'ਚ ਆ ਕੇ ਅਸੀਂ ਬੇਨਤੀ ਕੀਤੀ ਵੀ ਸਾਡਾ ਬੱਚਾ ਅੱਜ ਦਾ ਐਕਸੀਡੈਂਟ ਹੋਇਆ, ਆਹ ਰਿਪੋਰਟਾਂ ਸਾਡੇ ਕੋਲ ਹੈਗੀਆਂ ਜੀ, ਅਤੇ ਇਹਨੂੰ ਬੱਚੇ ਨੂੰ ਪੇਪਰ ਦੇ ਵਿੱਚ ਬੈਠਣ ਦਿੱਤਾ ਜਾਵੇ। ਪਰ ਮੈਂ ਬੱਚੇ ਨੂੰ ਛੱਡ ਕੇ ਚਲਾ ਗਿਆ ਜੀ ਸਿਕਿਉਰਿਟੀ ਗਾਰਡਾਂ ਦੇ, ਵੀ ਤੁਹਾਡੇ ਬੱਚੇ ਦਾ ਪੇਪਰ ਹੋ ਜੂਗਾ, ਤੁਸੀਂ ਟੈਨਸ਼ਨ ਫਰੀ ਚਲੇ ਜਾਓ। ਅਸੀਂ ਚਲੇ ਗਏ ਜੀ, ਅਤੇ 11 ਵਜੇ ਇਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਬੱਚੇ ਨੂੰ ਸੈਂਟਰ 'ਚੋਂ ਬਾਹਰ ਕੱਢਤਾ, ਅਸੀਂ ਇਹਨੂੰ ਪੇਪਰ ਨਹੀਂ ਦੇਣ ਦੇਣਾ। ਕਿਹੜਾ ਪਿੰਡ ਆ ਤੁਹਾਡਾ? ਮੇਰਾ ਪਿੰਡ ਬਾਂਬਾ ਜੀ। ਅਤੇ ਕੀ ਨਾਂ ਤੁਹਾਡੇ ਬੱਚੇ ਦਾ? ਅਤੇ ਮੇਰੇ ਬੱਚੇ ਦਾ ਨਾਂ ਸ਼ਹਿਨਾਜ਼ ਸਿੰਘ ਜੀ। ਕਿਹੜੀ ਕਲਾਸ 'ਚ? 10th ਕਲਾਸ 'ਚ ਪੜ੍ਹਦੇ ਜੀ। 10th ਐਨੂਅਲ ਐਗਜ਼ਾਮ ਹੈ ਜਾਂ ਮੰਥਲੀ ਟੈਸਟ ਵਗੈਰਾ? ਐਨੂਅਲ ਐਗਜ਼ਾਮ। ਸਲਾਨਾ ਐਗਜ਼ਾਮ? ਸਲਾਨਾ ਐਗਜ਼ਾਮ। ਪੱਕੇ ਐਗਜ਼ਾਮ? ਹਾਂ, ਫਾਈਨਲ ਆ ਜੀ। ਫਾਈਨਲ ਐਗਜ਼ਾਮ। ਹਾਂਜੀ ਸਰ। ਕਿਸ ਚੀਜ਼ ਦਾ ਐਗਜ਼ਾਮ ਸੀ? ਅੱਜ ਇੰਗਲਿਸ਼ ਦਾ ਜੀ। ਕੀ ਕਹਿ ਕੇ ਬਾਹਰ ਕੱਢਿਆ ਗਿਆ ਇਹਨੂੰ? ਇਹਨਾਂ ਨੂੰ ਇਹ ਕਹਿ ਕੇ ਕੱਢਿਆ ਗਿਆ ਵੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਪਹਿਲਾਂ ਤੁਸੀਂ ਇੱਥੇ ਲੈ ਕੇ ਆਉਣਾ ਸੀ, ਫਿਰ ਉਸ ਤੋਂ ਬਾਅਦ ਅਸੀਂ ਤੁਹਾਡੇ ਬੱਚੇ ਨੂੰ ਵਹਿੰਦੇ ਵੀ ਇਹ ਕੀ ਇਹ ਠੀਕ ਆ ਕਿ ਨਹੀਂ, ਪਹਿਲਾਂ ਸਾਨੂੰ ਦੱਸ ਕੇ ਜਾਣਾ ਸੀਗਾ। ਸਾਨੂੰ ਕੋਈ ਪਰਵਾਹ ਨਹੀਂ ਜਦੋਂ ਤੁਹਾਡੇ ਬੱਚੇ ਨੂੰ ਕੁਛ ਹੁੰਦਾ ਚਾਹੇ ਨਹੀਂ ਹੁੰਦਾ, ਅਸੀਂ ਇਸ ਗੱਲ ਨਾਲ ਹੀ ਲੈਣਾ, ਪਰ ਬੱਚਾ ਤੁਹਾਡਾ ਸਭ ਤੋਂ ਪਹਿਲਾਂ ਸੈਂਟਰ 'ਚ ਆਉਣਾ ਚਾਹੀਦਾ ਸੀ। ਉੱਧਰ ਜਦੋਂ ਇਸ ਬਾਰੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ 10 ਵਜੇ ਤੋਂ ਬਾਅਦ ਬੱਚੇ ਨੂੰ ਪੇਪਰ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਨਹੀਂ ਮੈਡਮ, ਮੀਡੀਆ ਨੇ ਕਿਹਾ ਪੇਪਰ ਵਾਲਿਆਂ ਕੋਲੇ ਜਾਣਾ ਸੀ। ਯਾਨ ਸਰ ਅਲਾਉ ਨਹੀਂ, ਨਹੀਂ ਤੇ ਮੈਂ ਤੁਹਾਨੂੰ ਮਿਲ ਸਕਦੀ ਸੀ, ਮੈਂ ਸੈਂਟਰ ਛੱਡ ਕੇ ਤੁਹਾਨੂੰ ਮਿਲਣ ਆ ਜਾਂਦੀ। ਜੇ ਮੈਂ ਨਹੀਂ ਮਿਲ ਸਕਦੀ ਫਿਰ ਸਵੀਰ ਜੀ ਕੋਈ ਫਾਇਦਾ ਨਹੀਂ ਹੈਗਾ ਨਾ। ਮੈਡਮ ਇਹ ਮੇਰੀ ਗੱਲ ਹੀ ਸਮਝੇ। ਹਾਂ ਵੀ ਮੀਡੀਆ ਅੰਦਰ ਆਉਂਦਾ ਉੱਥੇ ਪੁੱਛਦਾ ਵੀ ਮੈਡਮ ਕਿੱਥੇ, ਉਹਨਾਂ ਨੇ ਤੁਹਾਨੂੰ ਦੱਸਣਾ ਸੀ ਵੀ ਮੈਡਮ ਮੀਡੀਆ ਕਿਉਂ ਮੁੜ ਜਾਂਦੇ? ਸਰ ਮੀਡੀਆ ਅੰਦਰ ਨਹੀਂ ਆ ਸਕਦਾ ਨਾ, ਮੀਡੀਆ ਅੰਦਰ ਨਹੀਂ ਆ ਸਕਦਾ ਡਿਊਰਿੰਗ ਦਾ ਪੇਪਰ। ਹਾਂ, 9 ਵਜੇ ਤੋਂ ਬਾਅਦ ਮੀਡੀਆ ਅੰਦਰ ਨਹੀਂ ਆ ਸਕਦਾ। ਥੈਂਕ ਯੂ। ਬਿਊਰੋ ਰਿਪੋਰਟ, ਰੰਗਲਾ ਟੀਵੀ।